ਇੱਥੇ ਜੀਰੀ ਦੀ ਫਸਲ ਹੈ ਜੀ ਇਹ ਐਡਾ ਐਡਾ ਪਾਣੀ ਹੈ ਇੱਥੇ ਘੱਟ ਤੋਂ ਘੱਟ ਹੁਣ ਵਰਤ ਕੇ ਦੇਖ ਲਓ ਅੱਕ ਦੀ ਜੜ ਤੋਂ ਪਰਾਂ ਜਿਹਨੇ ਤਜਰਬਾ ਕਰਨਾ ਹੋਵੇ ਹੁਣ ਕਰ ਸਕਦਾ ਬਿੜੀ ਤਾਂ ਵਰਤਾ ਸਹੀ ਵਰਜੇ ਤਾਂ ਸਹੀ ਘਰ ਤਾਂ ਦੇਖ ਲੈ ਜਾ ਕੇ ਸਾਡੇ ਵੀ ਕਿਵੇਂ ਪਾਣੀ ਕੱਢਦੇ ਨੇ ਕਿਵੇਂ ਜਵਾਕ ਬੱਚੇ ਵਿੱਚ ਬੈਠੇ ਨੇ ਨਰਕ ਦੇ ਚ ਇਹ ਤਾਂ ਬਸ ਕਹਿ ਕੇ ਹਾਂ ਮੁਰਗੀ ਅੰਡਾ ਦੇਗੀ ਪਾਰ ਗਈ ਇਹ ਜਾਣ ਬੁੱਝ ਕੇ ਇਹ ਉਹਦੇ ਤੇ ਠੋਕ ਦਿੰਦਾ ਉਹ ਉਹਦੇ ਤੇ ਠੋਕ ਦਿੰਦਾ ਹੁਣ ਸਰਪੰਚ ਡਰਦੇ ਨੇ ਵਿਚਾਰੇ ਨੇ ਦੋ ਢੋਲ ਕਹਿਤੇ ਉਹ ਤਾਂ ਹੁਣ ਆਪਦੇ ਕਾਗਜ਼ਾਂ ਚੋਂ ਪਾਊਗਾ ਕਿਰਾਂ ਐਮ ਐਲ ਏ ਤਾਂ ਘਰੇ ਪਏ ਨੇ ਐਮ ਐਲ ਏ ਵੀ ਗਾਹਾਂ ਸੌ ਥਾਈ ਜਾ ਕੇ ਫਿਰ ਸਾਡਾ ਹੱਲ ਕਰੂਗਾ ਜਿਹੜੀ ਮੰਗ ਮੰਗੀ ਆ ਸਾਡੀ ਹਾਂ ਕਹੀ ਆ ਉਹਨਾਂ ਨੇ ਐਵੇਂ ਨਹੀਂ ਅਸੀਂ ਨਾ ਕਰਦੇ ਆਹ ਨਿਸਰੀਆਂ ਸਰਾਈਆਂ ਐਡੇਡੀਆਂ ਮੁੰਜਰਾਂ ਜੀ ਆ ਚੌਵੀ ਘੰਟਿਆਂ ਦੇ ਵਿੱਚ ਆਟਾ ਬਣ ਜਾਣਗੀਆਂ ਜੇ ਚੌਵੀ ਘੰਟੇ ਪਾਣੀ ਨਹੀਂ ਸਾਡਾ ਨਿਕਲਦਾ ਸਾਨੂੰ ਉਦੋਂ ਮਰੇ ਤੋਂ ਮਗਰੋਂ ਕੀ ਫਾਇਦਾ ਜੀ ਪਾਣੀ ਚੱਕਣ ਦਾ ਜੋ ਫਸਲਾਂ ਹੀ ਮਰ ਗਈਆਂ ਜੀ ਸਾਡੀਆਂ ਇੱਥੇ ਜੀਰੀ ਦੀ ਫਸਲ ਹੈ ਜੀ ਇਹ ਐਡਾ ਐਡਾ ਪਾਣੀ ਹੈ ਇੱਥੇ ਘੱਟ ਤੋਂ ਘੱਟ ਹੁਣ ਵਰਤ ਕੇ ਦੇਖ ਲਓ ਅੱਕ ਦੀ ਜੜ ਤੋਂ ਪਰਾਂ ਜਿਹਨੇ ਤਜਰਬਾ ਕਰਨਾ ਹੋਵੇ ਹੁਣ ਕਰ ਸਕਦਾ ਇਹ ਘੱਟ ਤੋਂ ਘੱਟ 5.5 ਫੁੱਟ 5 ਫੁੱਟ ਦੇ ਉੱਤੇ ਪਾਣੀ ਹੈ ਜੀ ਜੇ ਤਾਂ ਉਹ ਅੱਗੇ ਜਾ ਕੇ ਜੀ ਉੱਥੇ 8 ਫੁੱਟ ਪਾਣੀ ਆ ਹੁਣ ਇਸ ਲੇਵਲ ਦੇ ਇਸ ਦੇ ਹਿਸਾਬ ਨਾਲ ਜੀ ਵੀ ਇਹਦਾ ਕੋਈ ਨਾ ਕੋਈ ਸਾਡਾ ਪ੍ਰਬੰਧ ਕਰੇ ਜੀ ਐਮ ਐਲ ਏ ਕਰੇ ਕੋਈ ਮੰਤਰੀ ਕਰੇ ਕੋਈ ਪਿੰਡ ਦੀ ਪੰਚਾਇਤ ਵੀ ਨਾਲ ਸਾਡੇ ਸਹਿਮਤ ਹੈ ਜੀ ਸਾਰਾ ਪਿੰਡ ਸਹਿਮਤ ਹੁਣ ਅਸੀਂ ਕਰੀਏ ਕੀ ਜੀ ਮੂਹਰੇ ਚੋਆ ਭਰਿਆ ਫਿਰਦਾ ਉਹ ਤਾਂ ਇਦੋਂ 3 ਫੁੱਟ ਉੱਚਾ ਜੇ ਉੱਧਰੋਂ ਅਸੀਂ ਪਾਣੀ ਇੱਧਰੋਂ ਕੱਢਦੇ ਹਾਂ ਤਾਂ ਸਾਡੇ ਤਾਂ ਉਲਟਿਆ ਪੁੱਠਾ ਆਉਂਦਾ ਜੀ ਪਾਣੀ ਪਿੰਡ ਨੂੰ ਬਾਰਿਸ਼ ਦਾ ਹੀ ਜੇ ਇਦੋਂ ਅੱਧੀ ਵੀ ਬਾਰਿਸ਼ ਹੁੰਦੀ ਹੈ ਸਾਡੇ ਪਾਣੀ ਫਿਰ ਵੀ ਇੰਨਾ ਹੀ ਖੜਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਜੀ 700-800 ਕਿੱਲੇ ਦਾ ਰਕਬੇ ਜੋ ਪਾਣੀ ਨੁੱਚੜ ਕੇ ਇੱਥੇ ਡਿੱਗਦਾ ਆ ਕੇ ਜਮ੍ਹਾਂ ਅੱਗੇ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਸਾਡਾ ਕੋਈ ਬਸ ਹੱਥ ਬੰਨ ਕੇ ਬੇਨਤੀ ਆ ਸਾਡਾ ਪਾਣੀ ਦਾ ਮੋਟਰਾਂ ਦਾ ਸਰਕਾਰ ਪ੍ਰਬੰਧ ਕਰੇ ਜੀ ਇਹਦਾ ਅਸੀਂ ਆਪੇ ਚਲਾ ਕੇ ਤੇ ਇਹਦਾ ਪਾਣੀ ਕੱਢ ਲਿਆ ਕਰਾਂਗੇ ਤੁਹਾਡੇ ਐਮ ਐਲ ਏ ਬੁੱਧਰਾਮ ਜੀ ਆਏ ਸੀ ਮੌਕਾ ਦੇਖਣ ਵਾਸਤੇ ਤੇ ਤੁਹਾਨੂੰ ਕੀ ਕਹਿ ਗਏ ਨੇ ਉਹ ਕੁਛ ਮਤਲਬ ਲਾਈਟ ਬਾਰੇ ਕਿਹਾ ਸੀ ਵੀ 24 ਘੰਟਿਆਂ ਦੀ ਨਾਲ ਸਪਲਾਈ ਜੋੜ ਦਿਓ ਵੀ ਉਹ ਵੀ ਨਹੀਂ ਮਤਲਬ ਉਹਨਾਂ ਨੇ ਦਿੱਤੀ ਕਿ ਕਿਹਾ ਵੀ ਗ੍ਰਿਡ ਬਹਿਰ ਗਿਆ ਅਤੇ ਬਾਕੀ ਰਹੀ ਗੱਲ ਹੁਣ ਤੇਲ ਬਾਰੇ ਕਿਹਾ ਸੀਗਾ 5 ਢੋਲ ਦੇਣ ਵਾਸਤੇ ਵੀ 5 ਢੋਲ ਦੇ ਦਿਓ ਅਸੀਂ ਪਾਣੀ ਕੱਢ ਲਾਂਗੇ ਉਹ ਕਹਿੰਦੇ ਵੀ 2 ਢੋਲ ਪੰਚਾਇਤ ਦੇਊਗੀ ਬਾਕੀ ਦੇਖਾਂਗੇ ਸਰਪੰਚ ਕੋਲ ਕੁਛ ਹੈ ਹਾਂ ਸਰਪੰਚ ਕਹਿ ਨਹੀਂ ਸਕਿਆ ਸਰਪੰਚ ਕੋਲੇ ਦੇਣ ਨੂੰ ਜੀ ਕੁਛ ਨਹੀਂ ਇਹ ਜਾਣ ਬੁੱਝ ਕੇ ਕਹਾਇਆ ਗਿਆ ਉਹ ਤੋਂ ਦਾਵ ਨਾਲ ਵੀ ਸ਼ਰੇਆਮ ਕੋਈ ਬੋਲਦਾ ਨਹੀਂ ਸੱਚ ਗੱਲ ਅਤੇ ਉੱਤੋਂ ਸਰਕਾਰ ਜੇ ਮਦਦ ਕਰੂ ਤਾਂ ਫਾਇਦਾ ਹੋਊ ਨਹੀਂ ਕੋਈ ਫਾਇਦਾ ਨਹੀਂ ਇੱਕ ਸਾਡੀ ਗਰਦੌਰੀ ਹੋਣੀ ਚਾਹੀਦੀ ਹੈ ਜੀ ਫਸਲਾਂ ਮਰ ਗਈਆਂ ਹੁਣ ਸਰਕਾਰ ਇਹ ਗੱਲ ਤੋਂ ਭੱਜਦੀ ਹੈ ਹੋਰ ਕੁਛ ਨਹੀਂ ਹੁਣ ਸਰਪੰਚ ਕਿੱਥੋਂ ਦੇ ਦੇ ਇਹਨੇ ਪੈਸੇ ਬੁੱਧਰਾਮ ਜੀ ਹੁਣ ਤੁਹਾਨੂੰ ਕੀ ਕਹਿ ਗਏ ਨੇ ਜੀ ਇਹ ਗੱਲ ਦੱਸੋ ਉਹ ਵਾਸ਼ਨ ਤਾਂ ਦੇ ਕੇ ਗਏ ਆ ਵੀ ਅਸੀਂ ਦੇਵਾਂਗੇ ਪਰ ਇਹ ਗੱਲ ਸੁਣੀ ਤਾਂ ਨਹੀਂ ਜਾਣੀ ਉਹਨਾਂ ਨੇ ਸਰਪੰਚ 'ਤੇ ਠੋਕਤੀ ਸਰਪੰਚ ਕੋਲੇ ਪੈਸਾ ਕਿੱਥੋਂ ਆਊ ਜੇ ਉੱਤੋਂ ਕੋਈ ਦੇਊ ਫੇਰ ਹੀ ਸਰਪੰਚ ਕੋਲੇ ਆਊ ਪੈਸਾ ਅੱਛਾ ਜੀ ਉਹ ਕਹਿੰਦੇ ਸਰਪੰਚ ਤੋਂ ਲੈ ਲਓ ਸਰਪੰਚ ਤੋਂ 2 ਢੋਲ ਲੈ ਲਓ ਸਰਪੰਚ 2 ਢੋਲ ਕਿੱਥੋਂ ਭਰਾਊ ਉਹਦੇ ਕੋਲੇ ਗ੍ਰਾਂਟ ਤਾਂ ਕੋਈ ਹੈ ਨਹੀਂ ਇਹ ਜਾਣ ਬੁੱਝ ਕੇ ਇਹ ਉਹਦੇ 'ਤੇ ਠੋਕ ਦਿੰਦਾ ਉਹ ਉਹਦੇ 'ਤੇ ਠੋਕ ਦਿੰਦਾ ਹੁਣ ਸਰਪੰਚ ਡਰਦੇ ਨੇ ਵਿਚਾਰੇ ਨੇ 2 ਢੋਲ ਕਹਿਤੇ ਉਹ ਤਾਂ ਹੁਣ ਆਪਦੇ ਕਾਗਜ਼ਾਂ 'ਚੋਂ ਪਾਊਗਾ ਕਿਰਾਂ ਨਾਲੇ 400 ਕਿੱਲੇ ਦਾ ਪਾਣੀ ਜੀ 2 ਢੋਲਾਂ ਨਾਲ ਕਿਵੇਂ ਨਿਕਲੂਗਾ ਤੁਸੀਂ ਆਪ ਹੀ ਹਿਸਾਬ ਲਾ ਲਓ ਸੂਤ ਵੀ ਨਹੀਂ ਉੱਤਰਦਾ ਜੀ 2 ਢੋਲਾਂ ਨਾਲ ਚਲੋ ਸਰਪੰਚ ਤੋਂ ਤਾਂ ਅਸੀਂ ਆਪ ਵੀ ਮਿੰਨਤ ਤਲੇ ਨਾਲ ਲੈ ਲਾਂਗੇ ਜੀ 2 ਢੋਲ ਕੋਈ ਗੱਲ ਨਹੀਂ ਅਤੇ ਬਾਕੀ ਤਾਂ ਸਾਨੂੰ ਕੋਈ ਜ਼ਿੰਮੇਵਾਰੀ ਦੇ ਕੇ ਜਾਂਦੇ ਵੀ ਉੱਥੋਂ ਭਰਾ ਲਿਓ ਜੀ ਜਾ ਕੇ ਦੁਬਾਰੇ ਮਿੱਠੀਆਂ ਗੋਲੀਆਂ ਦੇ ਗਏ ਸਾਨੂੰ ਕੁਛ ਨਹੀਂ ਕਿਸੇ ਕੋਲ ਸਾਡਾ ਘਰ ਦਾ ਬੁਰਾ ਹਾਲ ਤਾਂ ਸਾਡੇ ਆ ਪਹਿਲਾਂ ਜਾ ਕੇ ਵਿਹੜੇ 'ਚ ਤਾਂ ਵਰਤਾ ਸਹੀ ਵਰਜੇ ਤਾਂ ਸਹੀ ਘਰ ਤਾਂ ਦੇਖ ਲੈ ਜਾ ਕੇ ਸਾਡੇ ਵੀ ਕਿਵੇਂ ਪਾਣੀ ਕੱਢਦੇ ਨੇ ਕਿਵੇਂ ਜਵਾਕ ਬੱਚੇ ਵਿੱਚ ਬੈਠੇ ਨੇ ਨਰਕ ਦੇ 'ਚ ਇਹ ਤਾਂ ਬਸ ਕਹਿ ਕੇ ਹਾਂ ਮੁਰਗੀ ਅੰਡਾ ਦੇਗੀ ਪਾਰ ਗਈ ਕੁਛ ਨਹੀਂ ਇਹਨਾਂ ਕੋਲ ਹੁਣ ਅਸੀਂ 1 ਕੋਲ ਅਤੇ ਕਿੱਥੋਂ ਦੇ ਕੋਈ ਵੀ ਚੀਜ਼ ਹੈ ਇਨਸਾਨ ਨੂੰ ਦਮ ਰੱਖਣਾ ਚਾਹੀਦਾ ਐਮ ਐਲ ਏ ਤਾਂ ਘਰੇ ਪਏ ਨੇ ਐਮ ਐਲ ਏ ਵੀ ਗਾਹਾਂ 100 ਥਾਈਂ ਜਾ ਕੇ ਫਿਰ ਸਾਡਾ ਹੱਲ ਕਰੂਗਾ ਜਿਹੜੀ ਮੰਗ ਮੰਗੀ ਆ ਸਾਡੀ ਹਾਂ ਕਹੀ ਆ ਉਹਨਾਂ ਨੇ ਐਵੇਂ ਨਹੀਂ ਅਸੀਂ ਨਾ ਕਰਦੇ ਜਿਹੜੇ ਉਹਨਾਂ ਨੇ ਢੋਲ ਕਿਹਾ ਵੀ ਅਸੀਂ ਦੇਵਾਂਗੇ ਢੋਲ ਵੀ ਦੇਣਗੇ ਉਹ ਸਾਨੂੰ ਹਾਂ ਧੰਨਵਾਦ ਛੇਤੀ ਤੋਂ ਛੇਤੀ ਪਾਣੀ ਨਿਕਲਿਆ ਜੀ ਸਾਡੇ ਘਰ ਡਿੱਗਣ ਨੂੰ ਵੀ ਤਿਆਰ ਨਹੀਂ ਤੇੜਾਂ ਆ ਗਈਆਂ ਕੰਧਾਂ 'ਚ ਅਤੇ ਘਰ ਡਿੱਗਣ ਨੂੰ ਤਿਆਰ ਹੋ ਗਏ ਅਤੇ ਪਾਣੀ ਐਡਾ ਐਡਾ ਕੱਢਿਆ ਵਿੱਚੋਂ ਘਰਾਂ ਦੇ ਕਰੀਏ ਕੀ ਦੱਸੋ ਤੇ ਫਿਰ ਬੁੱਧਰਾਮ ਜੀ ਤੁਸੀਂ ਗੱਲ ਕੀਤੀ ਸੀ ਸਾਡੇ ਘਰਾਂ ਦਾ ਕਿਹਾ ਸੀਗਾ ਜੀ ਉਹ ਕਹਿੰਦੇ ਕਰਾਂਗੇ ਕਹਿੰਦੇ ਕਰਾਂਗੇ ਕੀ ਪਤਾ ਕਹਿੰਦੇ ਕਦੋਂ ਕਰਾਂਗੇ ਜ਼ਰੂਰ ਕਹਿੰਦੇ ਠਹਿਰ ਕੇ ਕਰਾਂਗੇ ਵੀ ਆਹ ਦੇ ਦਿਆਂਗੇ ਵੀ ਤੁਹਾਨੂੰ ਤੇਲ ਅਸੀਂ ਡੁੱਬੀ ਤਾਂ ਸੀ ਅੱਜ ਜਾਂਦੇ ਅੱਜ ਹੀ ਜਾਂਦੇ ਹਾਂ ਡੁੱਬੀ ਤਾਂ ਕਰੀਏ ਕੀ ਫਿਰ ਹੁਣ ਪਾਣੀ ਕੱਢ ਕੇ ਆਏ ਹਾਂ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਹੈ